ਦੇਖੋ ਇਹ ਬੜੀ ਦੁਖਦਾਈ ਘਟਨਾ ਹੈ, ਕਿਉਂਕਿ ਜਿੰਨੀ ਉਹਨਾਂ ਦੀ ਹਜੇ ਛੋਟੀ ਉਮਰ ਹੈ, ਯੰਗ ਨੇ, ਸੋ ਅੱਜ ਕੱਲ੍ਹ ਮੈਡੀਕਲੀ ਦੇਖਿਆ ਜਾਵੇ ਤਾਂ ਆਪਾਂ 70 ਸਾਲ ਤੱਕ ਬੰਦੇ ਨੂੰ ਸਮਝਦੇ ਹਾਂ ਕਿ ਤੰਦਰੁਸਤ ਰਿਸ਼ਟ ਪੁਸ਼ਟ ਹੋਏਗਾ, ਪਰ ਇਹ ਅਚਾਨਕ ਜੋ ਵਾਪਰਾ, ਜੋ ਇਹ ਭਾਣਾ ਵਾਪਰਿਆ, ਇਹ ਬੜੀ ਦੁਖਦਾਈ ਘਟਨਾ ਹੈ। ਔਰ ਅਸੀਂ ਸਾਰੀ ਸਾਡੀ ਸਾਰੀ ਟੀਮ, ਸਾਡੇ CM ਸਾਬਕਾ ਚੰਨੀ ਸਾਹਿਬ ਵੀ ਇੱਥੇ ਪਹੁੰਚ ਰਹੇ, ਕਿਉਂਕਿ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਘਾਟਾ ਹੈ, ਕਿਉਂਕਿ ਹਜੇ ਬੱਚੇ ਵੀ ਛੋਟੇ ਹੈ, ਪਰਿਵਾਰ ਨੂੰ ਬੜੀ ਲੋੜ ਸੀ। ਭੈਣ ਜੀ ਹੁਣੀ ਸਾਡੇ, ਕਿਉਂਕਿ ਸਿਆਸਤ ਦੇ ਵਿੱਚ ਸੇਵਾ ਕਰ ਰਿਹਾ, ਸੋ ਘਰ ਨੂੰ ਵੀ ਉਹ ਦੇਖਦੇ ਹੋਣਗੇ, ਸੋ ਇੱਕ ਬੜਾ ਵੱਡਾ ਇਹ ਘਾਟਾ ਜਿਹੜਾ ਪਿਆ ਹੈ। ਅਤੇ ਅਸੀਂ ਤਾਂ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਾਂਗੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਭੈਣ ਜੀ ਉਹਨਾਂ ਨੂੰ ਹੋਰ ਬਲ ਦੇਵੇ, ਔਰ ਪਰਮਾਤਮਾ ਉਹਨਾਂ ਦੀ ਚਰਨਾਂ ਨੂੰ ਆਪਣੇ ਸ਼ਰਨਾਂ ਦੇ ਵਿੱਚ ਵਾਸ ਬਖਸ਼ੇ। ਦੇਖੋ ਇਹ ਬੜੀ ਦੁਖਦਾਈ ਘਟਨਾ ਹੈ, ਕਿਉਂਕਿ ਜਿੰਨੀ ਉਹਨਾਂ ਦੀ ਹਜੇ ਛੋਟੀ ਉਮਰ ਹੈ, ਯੰਗ ਨੇ, ਸੋ ਅੱਜ ਕੱਲ੍ਹ ਮੈਡੀਕਲੀ ਦੇਖਿਆ ਜਾਵੇ ਤਾਂ ਆਪਾਂ 70 ਸਾਲ ਤੱਕ ਬੰਦੇ ਨੂੰ ਸਮਝਦੇ ਹਾਂ ਕਿ ਤੰਦਰੁਸਤ ਰਿਸ਼ਟ ਪੁਸ਼ਟ ਹੋਏਗਾ, ਪਰ ਇਹ ਅਚਾਨਕ ਜੋ ਵਾਪਰਾ, ਜੋ ਇਹ ਭਾਣਾ ਵਾਪਰਿਆ, ਇਹ ਬੜੀ ਦੁਖਦਾਈ ਘਟਨਾ ਹੈ। ਔਰ ਅਸੀਂ ਸਾਰੀ ਸਾਡੀ ਸਾਰੀ ਟੀਮ, ਸਾਡੇ CM ਸਾਬਕਾ ਚੰਨੀ ਸਾਹਿਬ ਵੀ ਇੱਥੇ ਪਹੁੰਚ ਰਹੇ, ਕਿਉਂਕਿ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਘਾਟਾ ਹੈ, ਕਿਉਂਕਿ ਹਜੇ ਬੱਚੇ ਵੀ ਛੋਟੇ ਹੈ, ਪਰਿਵਾਰ ਨੂੰ ਬੜੀ ਲੋੜ ਸੀ। ਭੈਣ ਜੀ ਹੁਣੀ ਸਾਡੇ, ਕਿਉਂਕਿ ਸਿਆਸਤ ਦੇ ਵਿੱਚ ਸੇਵਾ ਕਰ ਰਿਹਾ, ਸੋ ਘਰ ਨੂੰ ਵੀ ਉਹ ਦੇਖਦੇ ਹੋਣਗੇ, ਸੋ ਇੱਕ ਬੜਾ ਵੱਡਾ ਇਹ ਘਾਟਾ ਜਿਹੜਾ ਪਿਆ ਹੈ। ਅਤੇ ਅਸੀਂ ਤਾਂ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਾਂਗੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਭੈਣ ਜੀ ਉਹਨਾਂ ਨੂੰ ਹੋਰ ਬਲ ਦੇਵੇ, ਔਰ ਪਰਮਾਤਮਾ ਉਹਨਾਂ ਦੀ ਚਰਨਾਂ ਨੂੰ ਆਪਣੇ ਸ਼ਰਨਾਂ ਦੇ ਵਿੱਚ ਵਾਸ ਬਖਸ਼ੇ। ਦੇਖੋ ਇਹ ਬੜੀ ਦੁਖਦਾਈ ਘਟਨਾ ਹੈ, ਕਿਉਂਕਿ ਜਿੰਨੀ ਉਹਨਾਂ ਦੀ ਹਜੇ ਛੋਟੀ ਉਮਰ ਹੈ, ਯੰਗ ਨੇ, ਸੋ ਅੱਜ ਕੱਲ੍ਹ ਮੈਡੀਕਲੀ ਦੇਖਿਆ ਜਾਵੇ ਤਾਂ ਆਪਾਂ 70 ਸਾਲ ਤੱਕ ਬੰਦੇ ਨੂੰ ਸਮਝਦੇ ਹਾਂ ਕਿ ਤੰਦਰੁਸਤ ਰਿਸ਼ਟ ਪੁਸ਼ਟ ਹੋਏਗਾ, ਪਰ ਇਹ ਅਚਾਨਕ ਜੋ ਵਾਪਰਾ, ਜੋ ਇਹ ਭਾਣਾ ਵਾਪਰਿਆ, ਇਹ ਬੜੀ ਦੁਖਦਾਈ ਘਟਨਾ ਹੈ। ਔਰ ਅਸੀਂ ਸਾਰੀ ਸਾਡੀ ਸਾਰੀ ਟੀਮ, ਸਾਡੇ CM ਸਾਬਕਾ ਚੰਨੀ ਸਾਹਿਬ ਵੀ ਇੱਥੇ ਪਹੁੰਚ ਰਹੇ, ਕਿਉਂਕਿ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ ਘਾਟਾ ਹੈ, ਕਿਉਂਕਿ ਹਜੇ ਬੱਚੇ ਵੀ ਛੋਟੇ ਹੈ, ਪਰਿਵਾਰ ਨੂੰ ਬੜੀ ਲੋੜ ਸੀ। ਭੈਣ ਜੀ ਹੁਣੀ ਸਾਡੇ, ਕਿਉਂਕਿ ਸਿਆਸਤ ਦੇ ਵਿੱਚ ਸੇਵਾ ਕਰ ਰਿਹਾ, ਸੋ ਘਰ ਨੂੰ ਵੀ ਉਹ ਦੇਖਦੇ ਹੋਣਗੇ, ਸੋ ਇੱਕ ਬੜਾ ਵੱਡਾ ਇਹ ਘਾਟਾ ਜਿਹੜਾ ਪਿਆ ਹੈ। ਅਤੇ ਅਸੀਂ ਤਾਂ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਬੇਨਤੀ ਕਰਾਂਗੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਭੈਣ ਜੀ ਉਹਨਾਂ ਨੂੰ ਹੋਰ ਬਲ ਦੇਵੇ, ਔਰ ਪਰਮਾਤਮਾ ਉਹਨਾਂ ਦੀ ਚਰਨਾਂ ਨੂੰ ਆਪਣੇ ਸ਼ਰਨਾਂ ਦੇ ਵਿੱਚ ਵਾਸ ਬਖਸ਼ੇ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।